ਗਾਇਸ ਨਮਸਕਾਰ, ਮੈਂ ਤੁਹਾਡਾ ਆਪਣਾ ਰਿਸ਼ਪਾਲ ਬੱਲੂ ਤੇ ਅੱਜ ਅਸੀਂ ਪਹੁੰਚੇ ਹਾਂ ਮਾਜਰੀ ਦੇ ਵਿੱਚ, ਸ਼ਹਿਰ ਰੋਪੜ ਦੇ ਵਿੱਚ, ਜਿੱਥੇ ਬਹੁਤ ਹੀ ਮਹਾਨ ਸ਼ਖਸੀਅਤ ਮੇਰੇ ਨਾਲ ਬੈਠੇ ਨੇ। ਮੈਂ ਬਹੁਤ ਜਲਦ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਚਾਹਾਂਗਾ। ਅਜੀ ਨਮਸਕਾਰ। ਨਮਸਕਾਰ ਜੀ। ਨਮਸਕਾਰ। ਬਹੁਤ ਸਾਰੇ ਲੋਕ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਇੱਕ ਪਿਆਰ ਭਰਿਆ ਨਮਸਕਾਰ ਕਰਦਾ ਜੀ। ਹਾਂਜੀ, ਮੇਰੇ ਵੱਲੋਂ ਸਾਰੇ ਬਾਹਰ ਬੈਠਿਆਂ ਨੂੰ ਵੀ, ਆਪਣੇ ਇੰਡੀਆ ਦੇ ਨੂੰ, ਸਭ ਨੂੰ ਕੋਟੀ ਕੋਟੀ ਪ੍ਰਣਾਮ। ਸਭ ਨੂੰ ਜੀ ਆਇਆਂ, ਸਭ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਬਹੁਤ ਸਾਰੇ ਲੋਕ ਤੁਹਾਨੂੰ ਜਾਣਦੇ ਨੇ, ਉਦੋਂ ਕੁਛ ਲੋਕ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ, ਹਾਂਜੀ, ਉਹਨਾਂ ਨੂੰ ਆਪਣਾ ਨਾਂ ਦੱਸੋ ਤੇ ਆਪਣਾ ਐਡਰੈਸ ਦੱਸੋ ਜਿੱਥੇ ਤੁਸੀਂ ਰਹਿੰਦੇ ਹੋ। ਠੀਕ ਹੈ। ਮੇਰਾ ਜੀ ਪਿੰਡ ਮਾਜਰੀ ਠੇਕੇਦਾਰਾਂ ਰੂਪਨਗਰ, 1977 ਤੋਂ ਜੀ ਇਹ ਸਥਾਨ ਓਮ ਮਹਾਕਾਲ ਸ਼ਿਵ ਸ਼ਾਂਤੀ ਮੰਦਰ ਨਾਮ ਦੇ ਨਾਲ ਪ੍ਰਸਿੱਧ ਹੈ। ਜਿਸ ਜਗ੍ਹਾ ਦੇ ਵਿੱਚ ਤਪ ਕੀਤਾ ਗਿਆ ਸੀ, ਇਸ ਤਪ ਦੇ ਆਧਾਰ ਤੋਂ ਪਰਮਾਤਮਾ ਨੇ ਆਪਣੀ ਇੰਨੀ ਮਹਾਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਬਹੁਤ ਸੁੰਨੀਆਂ ਗੋਦਾਂ ਜੋ ਕਿ ਬੱਚਿਆਂ ਨੂੰ ਤਰਸ ਰਹੇ ਸੀ,
ਉਹਨਾਂ ਦੇ ਪੱਖੋਂ ਜੋ ਜਦ ਵੀ ਉਮੀਦ ਲੈ ਕੇ ਉਹ ਪਹੁੰਚੇ ਆ ਤਾਂ ਉਸ ਪਰਮੇਸ਼ਰ ਮਹਾਂਦੇਵ ਜੀ ਨੇ ਆਪਣੀ ਜੜੀ ਬੂਟੀ ਦੇ ਆਧਾਰ ਤੇ, ਆਸ਼ੀਰਵਾਦ ਦੇ ਆਧਾਰ ਤੇ, ਦੁਆਵਾਂ ਦੇ ਆਧਾਰ ਤੇ ਉਹਨਾਂ ਇਨਸਾਨ ਨੂੰ ਮਾਤ ਪਿਤਾ ਦਾ ਦਰਜਾ ਬਖਸ਼ਿਆ ਹੈ। ਕੋਈ 15 ਸਾਲ, 18 ਸਾਲ, 20 ਸਾਲ, 22 ਸਾਲ, ਕੋਈ ਵੀ ਇਨਸਾਨ ਜੋ ਇੱਥੇ ਜੁੜਿਆ ਸੀ ਉਹ ਖਾਲੀ ਨਹੀਂ ਗਿਆ। ਕੁਛ ਕੇਸ ਇੱਦਾਂ ਦੇ ਸੀ, ਸਾਲ ਵੀ ਲੱਗਿਆ, 6 ਮਹੀਨੇ ਵੀ ਲੱਗੇ, ਕੋਈ ਪਹਿਲੇ ਮਹੀਨੇ 'ਚ ਵੀ ਠੀਕ ਹੋਏ, ਜਾਣੀ ਕਿ ਕੋਈ ਇਨਸਾਨ ਇਸ ਜਗ੍ਹਾ ਤੋਂ ਖਾਲੀ ਝੋਲੀ ਲੈ ਕੇ ਨਹੀਂ ਗਿਆ। ਹਰ ਸਾਲ ਸ਼ਿਵਰਾਤਰੀ ਦਾ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬਹੁਤ ਹੀ ਸੰਗਤਾਂ ਬੜੇ ਆਪਣੇ ਸਹਿਯੋਗ ਦੇ ਨਾਲ, ਬਹੁਤ ਹੀ ਪ੍ਰੇਮ ਭਰੀ ਦੁਨੀਆ ਆਪਣੇ ਪਿਆਰ ਦੇ ਨਾਲ ਲੰਗਰ ਭੰਡਾਰੇ ਸਤਿਕਾਰ ਸਭ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ ਹਨ ਜੀ। ਜਿਵੇਂ ਕਿ ਮੈਂ ਦੇਖ ਰਿਹਾ ਕਿ ਜੋ ਤੁਹਾਡਾ ਡੇਰਾ ਹੈਗਾ, ਹਾਂਜੀ, ਸੰਗਤ ਉਹਦੇ ਸਾਥ ਨਾਲ ਬਹੁਤ ਜ਼ਿਆਦਾ ਆਉਂਦੀ ਹੈ, ਹਾਂਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਡੇਰੇ ਨੂੰ ਕੁਛ ਵਧਾਉਣ ਦਾ ਵੀ ਤੁਹਾਡਾ ਵਿਚਾਰ ਹੋਏਗਾ ਕੁਛ? ਵਿਚਾਰ ਬਹੁਤ ਹੈ ਜੀ। ਅੱਛਾ ਜੀ, ਕਿਉਂਕਿ ਜਗ੍ਹਾ ਇਹ ਬਿਲਕੁਲ ਜੰਗਲ ਸੀ। ਅੱਛਾ ਜੀ, ਇਤਨਾ ਜੰਗਲ ਸੀ ਵੀ ਇਸ ਜਗ੍ਹਾ ਰਸਤੇ ਨੂੰ ਵੀ ਲੰਘਣਾ ਰਾਤ ਨੂੰ ਮੁਸ਼ਕਲ ਸੀ, ਜਿਸ ਟਾਈਮ ਤੋਂ ਤਪ ਕੀਤਾ ਸੀ ਜੀ ਜੀ। ਫਿਰ ਸਨ 2000 ਤੋਂ ਸਾਡੇ ਮੰਦਿਰ ਦੇ ਨਜ਼ਦੀਕ ਰੋਟਰੀ ਕਲੱਬ ਕਲੋਨੀ ਬਣੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਲੋਨੀ ਕੱਟੀ, ਸੋ ਗੋਬਿੰਦ ਵੈਲੀ ਨਾਮ ਦੇ ਨਾਲ ਪ੍ਰਸਿੱਧ ਹੈ ਬਿਲਕੁਲ, ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਹੁਣ ਜੀ ਜੀ। ਇਹ ਜਗ੍ਹਾ ਬੜੀ ਹੀ ਜੰਗਲਮਈ ਸੀ, ਜੋ ਅੱਜ ਸੱਜੇ ਖੱਬੇ ਜੰਗਲ ਦੇ ਵਿੱਚ ਮੰਗਲ ਹੋਣ ਦੇ ਆਧਾਰ ਤੇ ਆਲੇ ਦੁਆਲੇ ਬਹੁਤ ਹੀ ਰਹਿਸ਼ੀ ਲੋਕ ਆ ਗਏ ਹਨ, ਬਹੁਤ ਹੀ ਕਿਰਪਾ ਹੋਈ ਹੈ ਜੀ। ਜਿਵੇਂ ਕਿ ਤੁਸੀਂ ਉੱਥੇ ਮੇਨ ਮੁੱਖ ਮੁਖੀ ਹੈਗੇ ਹੈ, ਹਾਂਜੀ, ਮਤਲਬ ਮੈਂ ਤਾਂ ਕਹਾਂਗੇ ਸੰਤਾਂ ਦੀ ਪਦਵੀ ਤੁਹਾਡੇ ਕੋਲ ਹੈਗੀ ਹੈ, ਇਹ ਤੁਹਾਨੂੰ ਮਤਲਬ ਇਹ ਜਿਹੜੀ ਜਾਗ੍ਰਿਤੀ ਸੀ ਇਹਦਾ ਕੋਈ ਸਮਾਂ ਸੀ, ਕੋਈ ਕਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਸ ਤਰ੍ਹਾਂ? ਇਹ ਸਮਾਂ ਇੱਦਾਂ ਸੀ ਜੀ, ਸਾਡੇ ਜਿਹੜੇ ਬਜ਼ੁਰਗ ਸੀ ਜੀ, ਮੇਰੇ ਤਾਇਆ ਜੀ ਤੇ, ਉਹਨਾਂ ਦਾ ਜੋ ਲਗਨ ਸੀ ਉਹ ਬਹੁਤ ਹੀ ਪਰਮਾਤਮਾ ਦੇ ਨਾਲ ਜੁੜਿਆ ਸੀ ਜੀ ਜੀ। ਮੈਨੂੰ ਬਚਪਨ ਚੋਂ ਹੀ ਉਹਨਾਂ ਨੇ ਆਪਣੇ ਨਾਲ ਬਹੁਤ ਪਿਆਰ ਦਿੱਤਾ। ਠੀਕ ਹੈ। ਉਹਨਾਂ ਨੇ ਇਸ ਮਾਰਗ ਦੇ ਵਿੱਚ ਲੈ ਕੇ ਆਉਂਦਾ, ਇਸ ਮਾਰਗ 'ਚ ਲਿਆ ਕੇ ਪਰਮੇਸ਼ਰ ਦਾ ਨਾਮ ਜੋ ਗਰੀਬਾਂ ਦੇ ਸਰੀਰ 'ਚ ਪ੍ਰਵੇਸ਼ ਕਰਾਇਆ, ਉਸ ਨੂੰ ਆਪਾਂ ਸੁਚੱਜੇ ਢੰਗ ਦੇ ਨਾਲ ਪੂਰਨ ਕੀਤਾ। ਆਪਣੇ ਮਨਾਂ ਦੇ ਅੰਦਰੋਂ ਲੋਭ, ਮੋਹ, ਕਾਮ, ਕ੍ਰੋਧ, ਵਾਸ਼ਨਾ ਇਹਨਾਂ ਤੋਂ ਬਹੁਤ ਦੂਰ ਰਹਿ ਕੇ ਸਮਾਜ ਦੇ ਅੰਦਰ ਸੇਵਾ ਕਰਨ ਦਾ ਬਲ ਵੀ ਮੇਰੇ ਤਾਇਆ ਜੀ ਨੇ ਬਖਸ਼ਿਆ ਸੀ। ਬਹੁਤ ਹੀ ਸਾਧੂ ਸੰਤ ਮਹਾਂਪੁਰਸ਼ਾਂ ਨੇ ਇਸ ਜਗ੍ਹਾ ਤੇ ਆ ਕੇ ਬਹੁਤ ਹੀ ਗਰੀਬਾਂ ਨੂੰ ਆਸ਼ੀਰਵਾਦ ਬਖਸ਼ਿਸ਼ ਕੀਤੇ ਆ। ਮੇਰੇ ਆਪ ਦੇ ਗੁਰੂ ਜੀ, ਗੁਰੂ ਸਵਾਮੀ ਵਿਸ਼ਵ ਆਤਮਾ ਆਨੰਦ ਸਰਸਵਤੀ ਜੀ ਮਹਾਰਾਜ, ਜੋ ਕਿ ਜੰਮੂ ਤੋਂ 80 ਕਿਲੋਮੀਟਰ ਗਾਂ ਸੁੰਦਰਬਣੀ ਚ ਵਿਰਾਜਮਾਨ ਹੈ, ਉਹਨਾਂ ਦੇ ਸੇਵਕ ਹੋਣ ਦੇ ਨਾਂ ਤੇ ਉਹਨਾਂ ਦਾ ਆਸ਼ੀਰਵਾਦ ਵੀ ਬਹੁਤ ਹੀ ਵੱਡਾ ਗਰੀਬਾਂ ਨੂੰ ਮਿਲਿਆ, ਜੋ ਕਿ ਸੰਗਤਾਂ ਦੇ ਅੰਦਰ ਵੀ ਆਸ਼ੀਰਵਾਦ ਪ੍ਰਾਪਤ ਹੋਏ, ਉਹਨਾਂ ਦੇ ਚਰਨ ਵੀ ਪ੍ਰਾਪਤ ਹੋਏ। ਉਹਨਾਂ ਦੇ ਆਸ਼ੀਰਵਾਦ ਦੇ ਨਾਲ ਆਪਾਂ ਹੋਰ ਵੀ ਜ਼ਿਆਦਾ ਕਰਕੇ ਇਸ ਸਮਾਜ ਦੇ ਅੰਦਰ, ਇਸ ਬਾਹਰਲੇ ਲੋਕਾਂ ਤੱਕ ਵੀ ਸੇਵਾ ਕਰ ਚੁੱਕੇ ਹਾਂ ਜੀ। ਬਹੁਤ ਹੀ ਵਧੀਆ। ਮੈਂ ਦੇਖਿਆ ਕਿ ਉੱਥੇ ਜਿੰਨੀ ਵੀ ਸੰਗਤ ਆਉਂਦੀ ਹੈ ਉਹ ਤੁਹਾਡਾ ਬਹੁਤ ਰਿਗਾਰਡ ਕਰਦੀ ਹੈ, ਬਹੁਤ ਆਦਰ ਸਨਮਾਨ ਕਰਦੀ ਹੈ, ਕਿਉਂਕਿ ਉਹਨਾਂ ਦੀਆਂ ਝੋਲੀਆਂ ਇਸ ਜਗ੍ਹਾ ਤੇ ਭਰੀਆਂ ਜਾਂਦੀਆਂ। ਹਾਂਜੀ, ਤੇ ਇਸੇ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਸਾਰੀ ਜਿਹੜੀ ਹੋਰ ਸੰਗਤ ਹੈ ਵੱਧਦੀ ਜਾ ਰਹੀ ਹੈ। ਹਾਂਜੀ, ਤੇ ਤੁਹਾਡਾ ਨਾਂ ਵੀ ਜਿਹੜਾ ਉਹ ਕਾਫੀ ਵੱਡਾ ਹੁੰਦਾ ਜਾ ਰਿਹਾ ਹੈ। ਹਾਂਜੀ, ਤੇ ਤੁਸੀਂ ਇਹ ਦੱਸੋ
ਕਿ ਕਿੰਨੇ ਕੁ ਤੁਹਾਨੂੰ ਕੁਛ ਆਈਡੀਆ ਹੈਗਾ ਵੀ ਕਿੰਨੇ ਕੁ ਸੰਗਤਾਂ ਦਾ ਮਤਲਬ ਬੱਚੇ ਦਾ ਜੋ ਮੇਨ ਗੱਲ ਹੈ ਕਿ ਫਲ ਪ੍ਰਾਪਤ ਹੋਇਆ ਕੁਛ ਆਈਡੀਆ ਹੈ? ਬੱਚਿਆਂ ਦੇ ਅੰਦਰ ਮੇਰੇ ਪਾਸ ਕੋਈ ਗਿਣਤੀ ਨਹੀਂ। ਇਸ ਵਾਰ ਵੀ ਦੇਖੋ ਸ਼ਿਵਰਾਤਰੀ ਜੀ, ਮਾਪੇ ਤੁਸੀਂ ਹਾਜ਼ਰ ਹੋਏ ਸੀ ਜੀ, ਉਸ ਸਮੇਂ ਤੁਸੀਂ ਦੇਖਿਆ ਵੀ ਬੱਚਿਆਂ ਦੀ ਗਿਣਤੀ ਨਹੀਂ ਸੀ, ਬਹੁਤ ਭੀੜ। ਮੈਂ ਉਹੀ ਦੇਖ ਕੇ ਹੈਰਾਨ ਹੋਇਆ ਸੀ। 5-7 ਲੋਕ ਕਹਿੰਦੇ ਅਸੀਂ ਬੱਚੇ ਗਿਣ ਲੱਗੇ ਵੀ ਕਿੰਨੇ ਕੁ ਬੱਚੇ ਬਾਬੇ ਕੋਲੋਂ, ਇੰਨੇ ਬੱਚੇ ਹੁੰਦੇ ਕਿਸ ਤਰ੍ਹਾਂ ਹੁੰਦੇ, ਅਸੀਂ ਵੀ ਦੇਖੀਏ ਜੀ ਜੀ। ਜਿਸ ਟਾਈਮ ਉਹਨਾਂ ਨੇ ਗਿਣਤੀ ਕਰੀ, ਉਹ ਖੁਦ ਵੀ ਮੈਨੂੰ ਲੱਗੇ ਕਹਿਣ ਵੀ ਬਾਬਾ ਜੀ ਅਸੀਂ ਇਹਨਾਂ ਨੂੰ ਗਿਣ ਨਹੀਂ ਸਕੇ। ਫਿਰ ਅਸੀਂ ਉਹਨਾਂ ਨੂੰ ਇਹ ਜਵਾਬ ਦਿੰਦੇ ਹਾਂ ਜੀ ਜੀ ਵੀ ਜਿਸ ਮਹਾਦੇਵ ਜੀ ਨੇ ਗਰੀਬ ਦੇ ਜ਼ਰੀਏ ਇਹ ਬਖਸ਼ਿਸ਼ਾਂ ਕਰਾਈਆਂ, ਜਦ ਸਾਨੂੰ ਨੀ ਇਸ ਚੀਜ਼ ਦਾ ਪਤਾ ਚੱਲ ਚੁੱਕਿਆ ਜੀ ਜੀ, ਤੁਸੀਂ ਕਿੱਥੋਂ ਪਤਾ ਕਰ ਲੈਣਗੇ? ਕੀ ਬਾਤ ਹੈ, ਬਹੁਤ ਹੁੰਦਾ ਗੱਲਬਾਤ। ਹਾਂਜੀ, ਬਹੁਤ ਹੀ ਗਿਣਤੀ ਦੇ ਜਾਣੀ ਕਿ ਮੇਰੇ ਤੇ ਆਤਮਾ ਇਹੀ ਕਹੂੰਗੀ ਵੀ ਲੱਖਾਂ ਦੇ ਕਰੀਬ ਪਹੁੰਚ ਗਏ। ਇੱਕ ਚੀਜ਼ ਹੋਰ ਦੇਖੀ ਮੈਂ ਉੱਥੇ ਵੀ, ਜਿਹੜਾ ਤੁਸੀਂ ਉੱਥੇ ਸਟੇਜ ਪ੍ਰੋਗਰਾਮ ਕਰਾਉਂਦੇ ਹੋ, ਹਾਂਜੀ, ਉੱਥੇ ਪਿਓਰ ਧਾਰਮਿਕ ਜੋ ਹੈ ਉਹ ਗੀਤ ਸੰਗੀਤ ਹੁੰਦਾ ਹੈ, ਹਾਂਜੀ, ਤੇ ਜਿਵੇਂ ਬਾਬਾ ਭੋਲੇ ਦੇ ਭਜਨ ਜਿਹੜੇ ਉੱਥੇ ਲੱਗਦੇ ਆ, ਹਾਂਜੀ, ਤੇ ਹਰ ਵਾਰ ਤੁਸੀਂ ਕੁਝ ਨਵੇਂ ਤੋਂ ਨਵੇਂ ਕਲਾਕਾਰਾਂ, ਹਾਂਜੀ ਹਾਂ, ਨਵੇਂ ਤੇ ਨਵਾਂ, ਹਾਂਜੀ, ਤਾਂ ਜੋ ਲੋਕਾਂ ਨੂੰ ਮਤਲਬ ਖਿੱਚਣ ਦਾ ਆਕਰਸ਼ਣ ਜਿਹੜਾ ਹੈ ਉਹ ਵੀ ਜ਼ਿਆਦਾ ਹੋ ਜਾਂਦਾ ਹੈ। ਹਾਂਜੀ, ਇਸ ਤਰ੍ਹਾਂ ਹੈ ਜੀ, ਕੋਈ ਵੀ ਇਨਸਾਨ ਜਿਹਦੀ ਕੁੱਖ ਭਰੀ ਆ ਜੀ, ਉਸ ਜਗ੍ਹਾ ਤੇ ਸਥਾਨ ਤੇ ਪ੍ਰਣਾਮ ਕਰਨ ਵਾਸਤੇ ਗਰੀਬ ਤੱਕ ਵੀ ਪਹੁੰਚਦਾ, ਉਸ ਭਗਵਾਨ ਜੀ ਤੱਕ ਵੀ ਪਹੁੰਚਦਾ। ਬਿਲਕੁਲ, ਇਸ ਕਰਕੇ ਅਸੀਂ ਸੋਚਦੇ ਵੀ ਸਵੇਰ ਤੇ ਸ਼ਾਮ ਤੱਕ ਕੁਛ ਨਾ ਕੁਛ ਐਸਾ ਵੀ ਹੋਣਾ ਚਾਹੀਏ ਵੀ ਇਹਨਾਂ ਲੋਕਾਂ ਦੀ ਜਿਹੜੀ ਆਤਮਾ ਇਹ ਪਰਮਾਤਮਾ ਵੱਲ ਜਾਣੀ ਚਾਹੀਦੀ। ਅੱਜ ਦੇ ਸਮੇਂ ਚ ਆਪਾਂ ਦੇਖੀਦਾ ਬੱਚੇ ਬਹੁਤ ਮਾੜੀ ਸੰਗਤ ਚਲੇ ਗਏ, ਸਹੀ ਕਹਿ ਰਹੇ ਹੋ, ਉਹਨਾਂ ਚੋਂ ਕੱਢਣ ਵਾਸਤੇ ਇਹਨਾਂ ਲੋਕਾਂ ਨੂੰ ਵੀ ਸਤਸੰਗ ਸੁਣਾ ਕੇ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਵੀ ਆਉਣ ਵਾਲੇ ਸਮੇਂ ਆਉਣ ਵਾਲੇ ਬੱਚਿਆਂ ਨੂੰ ਇਹ ਕੁਛ ਨਾ ਕੁਛ ਸਿੱਖਿਆ ਦੇ ਕੇ ਇਹਨਾਂ ਬੱਚਿਆਂ ਨੂੰ ਇਸ ਸ੍ਰਿਸ਼ਟੀ ਬਾਰੇ ਦੱਸਿਆ ਜਾਵੇ, ਸਾਧੂ ਸੰਤ ਮਹਾਂਪੁਰਸ਼ਾਂ ਬਾਰੇ ਦੱਸਿਆ ਜਾਵੇ, ਇਸ ਧਰਤੀ ਨੂੰ ਨਸ਼ਾ ਮੁਕਤ ਕੀਤਾ ਜਾਵੇ। ਬਹੁਤ ਵਧੀਆ ਤੁਹਾਡੇ ਵਿਚਾਰ, ਮਤਲਬ ਆਉਣ ਵਾਲੀ ਜੋ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਹਾਂਜੀ, ਚਲੋ ਠੀਕ ਹੈ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ, ਆਪ ਜੀ ਨੇ ਇਸ ਸੰਗਤ ਨੂੰ ਅਟੈਂਡ ਕੀਤਾ, ਮੈਂ ਆਪ ਜੀ ਨੂੰ ਵੀ ਬਹੁਤ ਬਹੁਤ ਭਗਵਾਨ ਸ਼ਿਵ ਸ਼ੰਕਰ ਵੱਲੋਂ ਆਸ਼ੀਰਵਾਦ ਦਵਾਉਂਦਾ ਸ਼ੁਕਰੀਆ ਵੀ ਅੱਗੇ ਵੀ ਤੁਸੀਂ ਇਸ ਚੀਜ਼ ਨੂੰ ਸਮਾਜ ਤੱਕ ਪਹੁੰਚਾ ਸਕੇ। ਬਿਲਕੁਲ ਜੀ, ਮੈਂ ਕੋਸ਼ਿਸ਼ ਕਰਦਾ ਰਹਾਂਗਾ ਜਿਵੇਂ ਤੁਹਾਡੇ ਨਾਲ ਖੜੇ ਹਾਂ ਜੀ। ਠੀਕ ਹੈ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਨਮਸਕਾਰ। ਨਮਸਕਾਰ ਜੀ, ਨਮਸਕਾਰ, ਓਮ ਨਮ ਸ਼ਿਵਾਏ।
Thank you.